ਮੋਗਾ ਦੀਆਂ ਖਰਾਬ ਸੜਕਾਂ ਦੀ ਹਾਲਤ ਕਿਸੇ ਹਾਦਸੇ ਨੂੰ ਸੱਦਾ ਦਿੰਦੀ ਰਹਿੰਦੀ ਹੈ। ਇੱਥੇ ਮਾਮਲਾ ਉਲਟ ਹੈ। ਤੁਹਾਨੂੰ ਦੱਸਦੀ ਹੈ ਕਿ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਮੋਗਾ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਹ ਮਾਮਲਾ ਜੀਰਾ ਰੋਡ ਦੇ ਗਰਗ ਹਸਪਤਾਲ ਦੇ ਕੋਲ ਜੋ ਕੁਝ ਮਹੀਨੇ ਪਹਿਲਾਂ ਹੋਈ ਹੀ ਇਹ ਸੜਕ ਨੂੰ ਬਣੇ ਹੋਏ ਅਤੇ ਕਈ ਦਿਨਾਂ ਤੋਂ ਇੱਕ ਟੋਆ ਸੜਕ ਦੇ ਵਿੱਚ ਪੱਟਿਆ ਹੋਇਆ ਹੈ। ਅੱਜ ਦੇਰ ਸ਼ਾਮ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਤਾਂ ਸੜਕ ਵਿੱਚ ਪੱਟੇ ਟੋਏ ਵਿੱਚ ਜਾ ਡਿੱਗਾ। ਉਹ ਤਾਂ ਕਿਸਮਤ ਚੰਗੀ ਸੀ ਕਿ ਉਹ ਖੁਦ ਤਾਂ ਬਚ ਗਿਆ, ਪਰ ਉਸ ਦੀ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸੇ ਜਗ੍ਹਾ ਤੇ ਇੱਕ ਹੋਰ ਨੌਜਵਾਨ ਨਾਲ ਇਸ ਤਰ੍ਹਾਂ ਦਾ ਹੀ ਹਾਦਸਾ ਵਾਪਰ ਚੁੱਕਿਆ ਹੈ। ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਦੁੱਧ ਲੈ ਕੇ ਆਪਣੇ ਕੰਮ ਤੇ ਜਾ ਰਿਹਾ ਸੀ ਕਿ ਅੱਗੇ ਆ ਰਹੇ ਕਿਸੇ ਵਾਹਨ ਦੀਆਂ ਲਾਈਟਾਂ ਮੇਰੀਆਂ ਅੱਖਾਂ ਵਿੱਚ ਪਈਆਂ, ਜਿਸ ਕਾਰਨ ਮੈਨੂੰ ਦਿਖਾਈ ਨਹੀਂ ਦਿੱਤਾ ਅਤੇ ਸੜਕ ਵਿੱਚ ਪੁੱਟੇ ਹੋਏ ਟੋਏ ਵਿੱਚ ਜਾ ਡਿੱਗਿਆ, ਜਿਸ ਨਾਲ ਕਿ ਪੱਥਰ ਰੱਖੇ ਹੋਏ ਸਨ। ਪਰ ਮੇਰਾ ਤਾਂ ਬਚਾਅ ਹੋ ਗਿਆ, ਪਰ ਮੇਰਾ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ ਹੈ। ਇੱਥੇ ਰੋਡ ਲਾਈਟ ਲੱਗੀ ਹੋਈ ਹੈ ਪਰ ਜਗ ਨਹੀਂ ਰਹੀ। ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਨਾਲ ਅਜਿਹਾ ਹਾਦਸਾ ਨਾ ਵਾਪਰ ਸਕੇ। ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਰਾਜੂ ਪਾਸੀ ਦੇ ਨਾਲ ਲਵਪ੍ਰੀਤ ਸਿੰਘ ਗਿੱਲ ਦੀ ਰਿਪੋਰਟ। ਕੀ ਨਾਮ ਹੈ ਜੀ ਤੁਹਾਡਾ? ਲਖਵੀਰ ਸਿੰਘ ਹੈ ਜੀ ਮੇਰਾ ਨਾਮ। ਕਿੱਥੋਂ? ਜੋਗੇ ਵਾਲੇ ਤਾਂ ਵੀਰ ਮਖੂ ਵੱਲੋਂ। ਤੇ ਕਿੱਧਰ ਜਾ ਰਹੇ ਸੀ ਤੇ ਕਿੱਧਰੋਂ ਆ ਰਹੇ ਸੀ? ਵੀਰ ਮੈਂ ਦੁੱਧ ਲੈਣ ਗਿਆ ਸੀ, ਵਾਪਸ ਜਾ ਰਿਹਾ ਸੀ ਆਪਣੇ ਜਿੱਥੇ ਕੰਮ ਕਰਦੇ ਜੋਬ, ਉੱਥੇ ਜਾ ਰਹੇ ਸੀ ਵਾਪਸ। ਖੱਡੇ ਇੰਨੇ ਆ ਵੀ ਇੰਨੇ ਡੂੰਘੇ ਪੱਟੇ ਹੋਏ ਵੀ ਪੱਥਰ ਰੱਖੇ ਹੋਏ ਅੱਗੇ ਪਤਾ ਹੀ ਨਹੀਂ ਲੱਗਦਾ, ਅੱਗੇ ਜਦੋਂ ਲਾਈਟ ਪੈਂਦੀ ਆ ਪਤਾ ਹੀ ਨਹੀਂ ਕੁਛ ਲੱਗਦਾ ਗਾ। ਸਲੋਅ ਆਉਂਦਾ ਪਿਆ ਸੀ, ਮੈਂ ਇੱਥੇ ਹੁਣ ਵੀਰ ਹੋਣਾ ਵੀ ਖੜ੍ਹੇ ਹੋਏ ਸੀ, ਸਲੋਅ ਆਉਂਦਾ ਸੀ ਮੈਂ ਅਤੇ ਪੱਥਰ ਦੇ ਵਿੱਚ ਵੱਜਾ, ਮੋਟਰਸਾਈਕਲ ਦਾ ਹੈਂਡਲ ਮੁੜ ਗਿਆ, ਬਚਾਅ ਹੋ ਗਿਆ ਮੇਰਾ ਖੁਦ ਦਾ ਬਚਾਅ ਹੋ ਗਿਆ। ਗੋਡੇ 'ਤੇ ਸੱਟ ਲੱਗੀ ਆ, ਸਿਰ 'ਚ ਥੋੜ੍ਹੀ ਬਹੁਤ ਸਿਰ ਦਰਦ ਕਰਦਾ ਪਿਆ ਜੀ ਮੇਰਾ। ਹੋਰ ਤਾਂ ਬਾਈਕ ਦੀ ਹੋ ਗਈ ਆ ਜੀ, ਬਾਈਕ ਖਰਾਬ ਹੋ ਗਈ ਮੇਰਾ, ਬਾਕੀ ਬਚਾਅ ਜੀ ਪੱਥਰ ਪਾਸੇ ਹੋਣੇ ਚਾਹੀਦੇ ਪ੍ਰਸ਼ਾਸਨ ਨੂੰ, ਇਹ ਆ ਜੀ ਅਪੀਲ। ਸੰਕੇਤ ਕੋਈ ਜਾਂ ਕੋਈ ਸੰਕੇਤ ਹੋਣਾ ਚਾਹੀਦਾ ਵੀ ਹਾਂ ਇੱਥੇ ਟੋਆ ਪੱਟਿਆ ਹੋਇਆ, ਕੁਛ ਵੀ ਹੋਣਾ ਜੀ। ਠੀਕ ਹੈ ਜੀ, ਅੱਗੇ ਵੀ 2-3 ਜਣਿਆਂ ਦੇ ਐਕਸੀਡੈਂਟ ਹੋ ਚੁੱਕੇ ਆ ਇੱਥੇ ਜੀ। ਤੇ ਕਿੰਨੇ ਦਿਨ ਹੋ ਗਏ ਜੀ ਟੋਏ ਫੁੱਲੇ ਨੂੰ? ਕੋਈ ਕਰੀਬ ਦੋ, ਤੁਸੀਂ ਤਾਂ ਤਕਰੀਬਨ ਰੋਜ਼ ਲੰਘਦੇ? ਤਕਰੀਬਨ 10-15 ਦਿਨ ਹੋ ਹੀ ਗਏ ਜੀ। ਤੇ ਕਰੀਬ ਕਿੰਨੇ ਵਜੇ ਦੇ ਹਾਦਸਾ ਹੋਇਆ ਤੁਹਾਡੇ ਨਾਲ ਜੀ? ਕਮ ਸੇ ਕਮ ਘੰਟਾ ਹੀ ਹੋ ਗਿਆ ਜੀ, ਅੱਧਾ ਘੰਟਾ ਜੀ। ਅੱਛਾ, ਤੇ ਕੋਈ ਵੀ ਨਹੀਂ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ? ਨਹੀਂ, ਕੋਈ ਅਧਿਕਾਰੀ ਨਹੀਂ ਆਇਆ ਜੀ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਚਲੋ ਜੋ ਹੋਣਾ ਜੀ, ਚਲੋ ਮੈਂ ਬਚ ਗਿਆ ਜੀ, ਠੀਕ ਆ ਜੀ, ਅੱਗੇ ਹੋਰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਜਾਂ ਇਹਨਾਂ ਨੂੰ ਜਾਂ ਕੋਈ ਸੰਕੇਤ ਦਿੱਤਾ ਜਾਵੇ ਇਸ ਟੋਇਆਂ ਵਾਸਤੇ ਵੀ ਹਾਂ ਇੱਥੇ ਟੋਏ ਪੱਟੇ ਹੋਏ ਆ, ਜਾਂ ਇਹਨਾਂ ਨੂੰ ਬੰਦ ਕੀਤਾ ਜਾਵੇ, ਜਾਂ ਜੋ ਪੱਥਰ ਰੱਖੇ ਹੋਏ ਅੱਗੇ ਉਹ ਪਾਸੇ ਕੀਤੇ ਜਾਣ ਜੀ, ਬਸ ਇਹੀ ਆ ਜੀ ਮੈਨੂੰ। ਤੇ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਅਣਗਹਿਲੀ ਵਰਤੀ ਹੈ ਕੀ ਵਜ੍ਹਾ ਹੋ ਸਕਦੀ ਹੈ? ਵਜ੍ਹਾ ਤਾਂ ਪ੍ਰਸ਼ਾਸਨ ਦੀ ਹੈ ਜੀ, ਜਿਹੜਾ ਇੱਥੋਂ MLA ਬਣੇ ਆ ਕੋਈ ਵੀ ਆ, ਹਾਂ ਵੀ ਟੋਏ ਪਟਾ ਦਿੰਦੇ ਆ, ਕੋਈ ਇਹਨਾਂ ਦੇ ਸਾਵਧਾਨੀ ਹੈ ਨਹੀਂ ਕਿ ਕੋਈ ਵੀ ਸਾਵਧਾਨ ਹੋਵੇ ਬੰਦਾ, ਕੋਈ ਪਤਾ ਲੱਗੇ ਇੱਥੇ ਵੀ ਟੋਏ ਦਾ ਨਾ ਲਾਈਟ ਹੈਗੀ, ਇੱਥੇ ਵੀ ਲਾਈਟ ਖੰਭਿਆਂ 'ਤੇ ਲਾਈਟ ਲੱਗੀ ਹੁੰਦੀ, ਲਾਈਟ ਲੱਗੀ ਆ ਜਗ ਨਹੀਂ ਰਹੀ ਆ। ਕੀ ਨਾਮ ਹੈ ਜੀ ਤੁਹਾਡਾ? ਨੌਸ਼ਾਦ। ਤੇ ਅੱਜ ਜੋ ਘਟਨਾ ਹੋਈ ਆ ਤੁਸੀਂ ਵੀ ਇੱਥੇ ਮੌਜੂਦ ਸੀ? ਮੈਨੇ ਖੁਦ ਦੇਖਾ ਹੈ। ਕੀ ਹੋਇਆ ਸੀਗਾ ਦੱਸੋਗੇ? ਇਹ ਬੰਦਾ ਵਿਚਾਰਾ ਬਾਈਕ ਲੈ ਕੇ ਆ ਰਹਾ ਥਾ, ਉਧਰ ਸੇ ਲਾਈਟ ਪੜੀ, ਇਸਕੀ ਆਂਖੋਂ ਪੇ ਔਰ ਗੱਡੇ ਮੇ ਗਿਰਾ ਰਹੀ, ਇੱਕਦਮ ਸੋਕਾ ਟੁੱਟ ਗਿਆ, ਇਹ ਗਿਰ ਗਿਆ, ਹਮ ਖੰਭੇ ਕੇ ਥੱਲੇ ਖੜੇ ਥੇ, ਇਸਕੋ ਹਮਨੇ ਉਠਾਇਆ ਬੰਦੇ ਕੋ, ਇਸਕੇ ਚੋਟ ਲੱਗ ਗਈ, ਇਹ ਵਿਚਾਰਾ ਬੰਦਾ ਬੈਠਾ ਹੈ, ਇਸਕੋ ਇਹ ਖੋਦ ਰੱਖਾ, ਇਸਕੋ ਬੰਦ ਤੋ ਕਰੇ, ਜਬ ਇਸਕੋ ਬਨਾਨਾ ਹੈ ਇਸਕੋ ਬੰਦ ਕਰਕੇ ਜਾਏ। ਕਿਸਕੀ ਲਾਪਰਵਾਹੀ ਮੰਨ ਰਹੇ ਹੋ? ਇਹ ਲਾਪਰਵਾਹੀ ਜੋ ਯਹਾਂ ਕਾ ਜੈਸੇ ਮੇਅਰ ਕਹਿ ਦੇਤੇ ਹੈ, ਮੈਂਬਰ ਕਹਿ ਦੇਤੇ ਹੈ, ਉਸਕੀ ਲਾਪਰਵਾਹੀ ਹੈ ਯਾ ਔਰ ਸਭੇ ਬੜੀ ਲਾਪਰਵਾਹੀ ਉਸਕੀ ਹੈ ਜੋ ਇਸਕੋ ਖੋਦ ਕੇ ਗਿਆ, ਯਹਾਂ ਪੇ ਡਰਮ ਰੱਖਾ ਜਾਏ, ਜੋ ਸਰਕਾਰ ਦੇਤੀ ਹੈ ਉਸਮੇ ਡਰਮ ਰੱਖੋ, ਅਬ ਯਾਰ ਨੂੰ ਖੋਦਦਾਰ ਚਲੇ ਗਏ ਕਹੀਂ ਪੇ ਵੀ। ਆਪ ਕਹਾਂ ਸੇ? ਅਬ ਯੂਪੀ ਸੇ। ਨਹੀਂ ਨਹੀਂ, ਹਮ ਇਧਰ ਸੇ ਆ ਰਹੇ ਥੇ, ਘੁੰਮਨੇ ਆ ਰਹੇ ਥੇ, ਸ਼ੇਅਰ ਕਰਨੇ ਖਾਣਾ ਖਾ ਕੇ। ਯੇ ਕਿਤਨੇ ਦੇਰ ਸੇ ਆਪ ਦੇਖ ਰਹੇ ਹੋ? ਅਭੀ ਤਕਰੀਬਨ ਯੇ 7:30 ਵਜੇ ਕੀ ਨਹੀਂ। ਗੱਡਾ ਕਬ ਸੇ ਖੋਦਾ ਹੁਆ ਹੈ ਆਪਕੋ? ਗੱਡਾ ਤਾਂ ਹਮ 3-4 ਦਿਨ ਸੇ ਖੋਦਾ ਹੁਆ ਹੈ। ਐਸੇ ਹੀ ਪੜਾ ਹੈ? ਹਾਂ ਐਸੇ ਹੀ ਪੜਾ। ਇੱਕ ਪਰਸੋਂ ਬੰਦਾ ਗਿਰਾ, ਉਸਕਾ ਵੀ ਮੂੰਹ ਛਿਲ ਗਿਆ, ਉਸਕੋ ਵੀ ਹਮਨੇ ਉਠਾਇਆ ਥਾ ਪਰਸੋਂ। मतलब ये आए दिन घटनाएं हो रही हैं? आए दिन हो रहा है ये। तो आपने इसको किसी के नॉलेज में ले आने की कोशिश की? नहीं, प्रशासन के? प्रशासन की नॉलेज में फोन वोन कर रहे हैं, यहाँ पे नंबर ही नहीं मिल पा रहा। आज आपका नंबर? अभी आप क्या मांग करते हो? हम ये मांग करते हैं इसको बंद करा जाए। अब बेचारे का बंदा है, बाइक तो सही हो जाएगी, अगर जो ये हादसा जिसने खोदा उसके घर के बंदे के साथ हो जाए तो क्या होगा? वो किसी के पास पैसे हैं अस्पताल में देने के लिए? किसी को नहीं है। सरकार आएगी, वोट मांगेगी, दे देंगे उनको, और क्या करेंगे? पब्लिक के चोट लग रही है, उसको देखा है ना भैया, खोदा इसको बंद करके चले जाते हैं।